ਗਾਮੇ ਨੂੰ ਸੀ ਲੱਗੀਆਂ ਸੌ ਸੌ ਬਿਮਾਰੀਆਂ, ਤਾਈਓ ਸੀ ਹਕੀਮ ਨੂਰਦੀਨ ਨਾਲ ਯਾਰੀਆਂ, ਹਕੀਮ ਨੂਰਦੀਨ ਨਾਲ ਯਾਰੀਆਂ। ਸਭ ਕੋਲੋਂ ਭੈੜਾ ਇਹਨੂੰ ਲੱਗਿਆ ਸੀ ਮਰਜ਼, ਹਰ ਤਿੰਨ ਮਿੰਟ ਬਾਅਦ ਮੂਤਣਾ ਸੀ ਫਰਜ਼, ਹਰ ਤਿੰਨ ਮਿੰਟ ਬਾਅਦ ਮੂਤਣਾ ਸੀ ਫਰਜ਼। ਦਿਨ ਵਿੱਚ ਸੌ ਵਾਰ ਜਾਂਦਾ ਲੈਟਰੀਨ ਸੀ, ਕਿੱਥੇ ਜਾਂਦਾ ਸੀ, ਦਿਨ ਵਿੱਚ ਸੌ ਵਾਰ ਜਾਂਦਾ ਲੈਟਰੀਨ ਸੀ। ਬੰਦਾ ਸੀ ਕਿ ਪਾਣੀ ਕੱਢਣ ਵਾਲੀ ਮਸ਼ੀਨ ਸੀ, ਪਾਣੀ ਕੱਢਣ ਵਾਲੀ ਮਸ਼ੀਨ ਸੀ। ਬੋਝੇ ਵਿੱਚ ਮਿਰਜ਼ਾ ਸੀ ਸ਼ੀਸ਼ਾ ਇੱਕ ਰੱਖਦਾ, ਘੜੀ ਮੁੜੀ ਉਹਦੇ ਵਿੱਚ ਬੂਥਾ ਸੀ ਉਹ ਤੱਕਦਾ, ਘੜੀ ਮੁੜੀ ਉਹਦੇ ਵਿੱਚ ਬੂਥਾ ਸੀ ਉਹ ਤੱਕਦਾ। ਹਰ ਵੇਲੇ ਨਾਲ ਇਹਦੇ ਰਹਿੰਦਾ ਨੂਰਦੀਨ ਸੀ, ਫੁੱਟੀ ਮੱਤ ਦੇਣ ਵਾਲਾ ਇਹੋ ਹੀ ਲਈਨ ਸੀ, ਮਤ ਦੇਣ ਵਾਲਾ ਇਹੋ ਹੀ ਲਈਨ ਸੀ। ਮਿਰਜ਼ੇ ਨੇ ਗੌਰ ਨਾਲ ਜੀਜੇ ਵਿੱਚ ਘੂਰਿਆ, ਮਿਰਜ਼ੇ ਨੇ ਗੌਰ ਨਾਲ ਸ਼ੀਸ਼ੇ ਵਿੱਚ ਘੂਰਿਆ, ਕਹਿਣ ਲੱਗਾ ਇੱਕ ਗੱਲ ਦੱਸ ਮੈਨੂੰ ਨੂਰਿਆ, ਓਏ ਦੁਨੀਆਂ 'ਚ ਕੋਈ ਮੇਰੇ ਜਿਹਾ ਸੋਹਣਾ ਹੋਵੇਗਾ, ਮੇਥੋਂ ਵੱਧ ਜੱਗ ਵਿੱਚ ਮਨ ਮੋਹਣਾ ਹੋਵੇਗਾ। ਮੈਨੂੰ ਇੰਜ ਲੱਗੇ ਮੇਰੀ ਅੱਖ ਹੂਰਾਂ ਜਿਹੀ ਏ, ਮੈਨੂੰ ਇੰਜ ਲੱਗੇ ਮੇਰੀ ਅੱਖ ਹੂਰਾਂ ਜਿਹੀ। ਤੇਰੇ ਤੋਂ ਤੇਰੇ ਚ ਤੇ ਲੰਗੂਰ ਵੀ ਹਸੀਨ ਨੇ, ਉੱਤੋਂ ਲੋਕਾਂ ਅੱਗੇ ਉੱਤੋਂ ਉੱਤੋਂ ਭਾਵੇਂ ਕਹੀਏ ਹੂਰ ਸਾਨੂੰ ਲੱਗਣਾ, ਉੱਤੋਂ ਉੱਤੋਂ ਭਾਵੇਂ ਕਹੀਏ ਹੂਰ ਸਾਨੂੰ ਲੱਗਣਾ। ਸੱਜ ਦਸਾਂ ਵਿੱਚੋਂ ਪੂਰਾ ਸੂਰ ਸਾਨੂੰ ਲੱਗਣਾ, ਸੱਚ ਦੱਸਾਂ ਵਿੱਚੋਂ ਪੂਰਾ ਪੂਰਾ ਸੂਰ ਸਾਨੂੰ ਲੱਗਣਾ। ਕਹਿ ਲੋ ਪੱਤਰਾਂ ਦੇ ਨਾਲ ਤੇਰਾ ਕੀ ਮੁਕਾਬਲਾ, ਕਿੱਥੇ ਉਹ ਹਸੀਨਾ ਕਿੱਥੇ ਬੂਥੀ ਤੇਰੀ ਪਾਗਲਾ, ਕਿੱਥੇ ਉਹ ਹਸੀਨਾ ਕਿੱਥੇ ਬੂਥੀ ਤੇਰੀ ਪਾਗਲਾ। ਦੋਵੇਂ ਆਪਸ ਵਿੱਚ ਨਹੀਂ ਮਿਲਦੀਆਂ ਅੱਖੀਆਂ, ਅੱਖੀਆਂ 'ਚ ਗਿੱਦਾਂ ਗਿੱਦਾਂ ਉੱਤ ਬਹਿਣ ਮੱਖੀਆਂ, ਹੋਰ ਜਿੰਨਾ ਜੱਗ ਨਹੀਂ ਪੂਰਾ ਮੈਨੂੰ ਪੱਕ ਕੇ, ਪਿੱਸੇ ਹੋਏ ਸਮੋਸੇ ਵਾਂਗੂ ਤੇਰਾ ਉਹ ਸੋਰੀ। ਇਹਨਾਂ ਦਾ ਤੇ ਬਹੁਤ ਸੋਹਣਾ ਮਾਸ਼ਾ ਅੱਲਾਹ, ਮਿਰਜ਼ੇ ਨੂੰ ਨੂਰਦੀਨ ਕਹਿ ਰਿਹਾ ਉਹਦਾ ਉਸਤਾਦ। ਸਮੋਸੇ ਵਾਂਗੂ ਤੇਰਾ ਏ ਨੱਕੇ, ਪਿੱਸੇ ਹੋਏ ਸਪੋਰਾ ਜਿੰਨਾ ਸ਼ੱਕ ਨਹੀਂ ਪੂਰਾ ਮੈਨੂੰ ਪੱਕ ਕੇ, ਪਿੱਸੇ ਹੋਏ ਸਮੋਸੇ ਵਾਂਗੂ ਤੇਰਾ ਏ ਨੱਕੇ। ਸ਼ਾਹ ਸੱਚ ਕਹਿੰਦਾ ਸੀ ਨਾ ਮੂੰਹ ਏ ਨਾ ਮੱਥਾ ਏ, ਅਮੀਰ ਅੱਲਾਹ ਸ਼ਾਹ ਬੁਖਾਰੀ, ਅਮੀਰ ਸ਼ਰੀਅਤ ਸੈਯਦ ਅਤਾਉੱਲਾ ਸ਼ਾਹ ਬੁਖਾਰੀ, ਹਜ਼ਰਤ ਅੱਲਾਮਾ ਅਨਵਰ ਸ਼ਾਹ ਕਾਸ਼ਮੀਰੀ, ਅੱਲਾਮਾ ਅਨਵਰ ਸ਼ਾਹ ਕਾਸ਼ਮੀਰੀ, ਹਜ਼ਰਤ ਪੀਰ ਮੇਰ ਅਲੀ ਸ਼ਾਹ ਸਾਹਿਬ ਗੋਲੜਵੀ, ਹਜ਼ਰਤ ਪੀਰ ਮੇਰ ਅਲੀ ਸ਼ਾਹ ਸਾਹਿਬ ਗੋਲੜਵੀ। ਤੇ ਸ਼ਾਹ ਸੱਚ ਕਹਿੰਦਾ ਸੀ ਨਾ ਮੂੰਹ ਇਹਨਾਂ ਮੱਥਾ ਏ, ਇੰਜ ਲੱਗਦਾ ਏ ਜਿਵੇਂ ਜਿੰਨ ਪਹਾੜੋਂ ਲੱਥਾ ਏ, ਇੰਜ ਲੱਗਦਾ ਏ ਜਿਵੇਂ ਜਿੰਨ ਪਹਾੜੋਂ ਲੱਥਾ ਏ। ਐਣ ਲੱਗਾ ਮਿਰਜ਼ਾ ਮੇਰੀ ਬੇਇੱਜ਼ਤੀ ਨਾ ਕਰ, ਕਹਿਣ ਲੱਗਾ ਮਿਰਜ਼ਾ ਮੇਰੀ ਬੇਇੱਜ਼ਤੀ ਨਾ ਕਰ, ਮੈਂ ਤੇਰਾ ਨਬੀ ਹਾਂ ਤੂੰ ਰੱਬ ਕੋਲੋਂ ਡਰ। ਨਬੀਆਂ ਦੇ ਨਾਲ ਨੂਰ ਦੀਨਾ ਇੰਜ ਬੋਲਣਾ, ਦੋਜ਼ਖ ਚ ਜਾਣਾ ਈ ਤੂੰ ਕੁਫਰ ਇੰਜ ਤੋਲਣਾ, ਨੂਰ ਦੀਨ ਬੋਲਿਆ ਤੂੰ ਬੰਦਾ ਏ ਬਤਾਉ, ਨੂਰਦੀਨ ਬੋਲਿਆ ਤੂੰ ਬੰਦਾ ਏ ਬਤਾਉ। ਮੇਰੀ ਬਿੱਲੀ ਮੇਰੇ ਅੱਗੇ ਗਾਰਦੀ, ਮੇਰੀ ਬਿੱਲੀ ਮੇਰੇ ਅੱਗੇ ਕਰਦੀ ਮਿਆਉਂ ਏ, ਕੰਜਰਾ ਬਣਾਇਆ ਤੈਨੂੰ ਮੈਂ ਤੇ ਨਬੀ ਏ, ਤੇਰਾ ਕੀ ਕਮਾਲ ਏ ਤੂੰ ਸੋਚਿਆ ਏ ਕਦੀ ਏ। ਨਬੀ ਤੈਨੂੰ ਚੁਣਿਆ ਰੇ ਬਈ ਮਾਨ ਏ, ਮਲਕਾ ਵਿਕਟੋਰੀਆ ਹੋਈ ਮਿਹਰਬਾਨ ਏ, ਮੇਰੇ ਹੀ ਤੇ ਮਸ਼ਵਰੇ ਨਾਲ ਦਾ ਤੇਰਾ ਚੱਲਿਆ, ਮੇਰੇ ਤੇ ਹੀ ਰੋਗ ਪਾਉਣ ਲੱਗਿਆ ਤੂੰ, ਅੰਗਰੇਜ਼ਾਂ ਦਾ ਦੱਲਾ ਹੀ ਤੇ ਸੀ, ਮੇਰੇ ਤੇ ਹੀ ਰੋਬ ਪਾਉਣ ਲੱਗੇ ਤੂੰ ਦੱਲਿਆ। ਤੋਬਾ 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 ਅੱਜ ਇਹ ਵੀ ਆਵਣਾ ਸੀ ਦੌਰ, ਮੇਰੇ ਤੇ ਜਮਾਉਣਾ ਝੂਠੇ ਆਪਣੇ ਤੂੰ ਟੋਰ, ਅਜੇ ਵੀ ਨੀ ਛੱਡਦਾ ਤੂੰ ਏਰੀਆਂ ਦੇ ਤੇਰੀਆਂ ਗੱਲਾਂ, ਵਿੱਚ ਵੜੀਆਂ ਨੇ ਸ਼ੂਗਰ ਹੱਥੋਂ ਤੇਰੀਆਂ, ਵਾਹ ਕਾਣਿਆ ਤਾਨ ਤੇਰੀ ਵੱਖ,
वाह काणिया वाह चुचिया वाह चुनिया वाह पहंगिया वाह अन्या तान तेरी आखे के कैलो पत्रा दी आख जई आखे किथे तू ते किथे ओ हसीना कैलो पत्रा शर्म ते नहीं आवंदी कसीटी दे आ पुत्रा मेरे जनी मां दा नाम चिराग बीबी उर्फ शर्म दे नहीं आवंदी गसीटी दे आ पुत्रा रंग दे नहीं तेनू वेखे आल कीवें आया गे ओए उल्लू दे आ पठिया तू उल्लू दा वी प्यो ए उल्लू दे आ पठिया तू उल्लू दा वी वाह की लानी की लतीफा तू सुनाया है रब दी सौ साडे तू ईमान नू बचाया है रब दी सौ साडे तू ईमान नू अल्लाह हम सब के ईमान को महफूज रखे माल जान आबरू ईमान को महफूज रखे लेकिन ईमान इनमें सबसे कीमती चीज है अपने बच्चों को बचाओ बेटियों को बचाओ बेटों को बचाओ घरों में बताओ मिर्जा लईन कादियानी काफिर है क्या है क्या है आप अब हजरत मोहम्मद सल्लल्लाहु तआला वसल्लम के बाद कोई नबी कोई रसूल और हम अल्लाह की आखिरी अल्लाह के नबी की हम आखिरी उम्मत है ला नबी अबादा वला रसूल अबादा वला उम्मत अबादा उम्मती मुहम्मद सल्लल्लाहु अलैहि व आलिही